ਮੈਨੂੰ ਦੱਸੋ ਮੈਨੂੰ ਮੇਰੀਆਂ ਹਰਕਤਾਂ ਚ ਹੈ ਕੀ ਆ? ਮੈਂ ਕੋਈ ਬੁਰੀ, ਮੈਂ ਕੋਈ ਚਰਸ ਪੀਨੀ ਆ ਪੀਨਾ, ਤੇ ਮੈਂ ਕੋਈ ਗੰਦੇ ਕੰਮ ਕਰਨਾ? ਮੈਂ ਸਫਾਈ ਕਰਦਾ ਤੇਰੇ ਤੋਂ ਜ਼ਿਆਦਾ, ਮੈਂ ਘਰ ਦੀ ਸਫਾਈ ਰੱਖਣਾ, ਮੈਂ ਬਰਤਨ ਤੇਰੇ ਤੋਂ ਸੁਣ, ਮੈਂ ਅੱਧਾ ਤੇਰੇ ਨਾਲ ਜ਼ਿਆਦਾ, ਅੱਧੇ ਨਾਲ ਜ਼ਿਆਦਾ ਕੰਮ ਮੈਂ ਤੇਰੇ ਕਰਨਾ ਕਰਦਾ, ਫਿਰ ਵੀ ਤੂੰ ਰਾਜ਼ੀ ਨਹੀਂ ਹੁੰਦੀ। ਚੱਲ ਗੁੱਸਾ ਛੱਡ ਦਿੱਤਾ ਕਰ ਤੂੰ, ਚੌਵੀ ਘੰਟੇ ਤੂੰ ਵੀ ਉਹਦਾ ਲੱਗੀ ਰਹਿੰਦਾ ਕਰੋੜ ਆ। ਔਰ ਰਮਜੀ ਤੂੰ ਆਪਦੀ ਆਦਤਾਂ ਠੀਕ ਕਰ ਲੈ, ਘਰ ਬਸ਼ੀਰਤ ਦੁਕਾਨ ਤੋਂ ਮੈਂ ਲੰਘਿਆ ਸਿਗਟਾਂ ਲਈਆਂ ਉੱਤੋਂ, ਉਹਦਾ ਕਿਹਾ ਬਈ ਸਿਗਟਾਂ ਦੇ ਪੈਸੇ ਤੂੰ ਮੈਨੂੰ ਨਾ ਦੇ, ਮੈਂ ਰਮਜੀ ਕੋਲ ਆਪੇ ਲਾ ਲਵਾਂਗਾ, ਇਹ ਕੀ ਗੱਲ ਹੈ? ਬਾਜੀ ਆਪਣੇ ਆਪਣੇ ਵਿਹਾਰ ਦੀ ਗੱਲ ਹੁੰਦੀ ਹੈਗੀ ਆ। ਮੈਂ ਤੇ ਨਿੱਕਾ ਜੀ ਅਸੀਂ ਤੇ ਟੋਫੀਆਂ ਫ੍ਰੀ ਲੈ ਕੇ ਆ ਜਾਂਦਾ ਹੈਗਾ ਸੀ, ਸਾਰੇ ਦੁਕਾਨਦਾਰ ਮੇਰੀ ਇੱਜ਼ਤ ਕਰਦੇ ਆ, ਇਹੋ ਜੀ ਗੱਲ ਕੋਈ ਨਹੀਂ ਜੀ। ਸਾਰੇ ਦੁਕਾਨਦਾਰ ਜਿਹੜੇ ਨੇ ਮੈਨੂੰ ਉੱਠ ਕੇ ਸਲਾਮ ਕਰਦੇ ਨੇ, ਮੈਂ ਕੋਈ ਮਾਮੂਲੀ ਬੰਦਾ ਨਹੀਂ, ਮੈਨੂੰ ਸਾਰੇ ਆਪਣੇ ਧੀਆਂ ਭੈਣਾਂ ਤਰ੍ਹਾਂ ਸਮਝਦੇ ਆ, ਮੇਰਾ ਮਤਲਬ ਹੈ ਧੀਆਂ ਪੁੱਤਰਾਂ ਤਰ੍ਹਾਂ। ਅੱਛਾ, ਮੈਂ ਕੁਝ ਹੋਰ ਹੀ ਸਮਝੀ। ਨਹੀਂ, ਧੀਆਂ ਪੁੱਤਰਾਂ ਤਰ੍ਹਾਂ ਸਮਝਦੇ ਆ ਮੈਨੂੰ। ਆਹੋ ਤੁਸੀਂ ਜਿਹੜੀਆਂ ਨੇ ਨਾ, ਤੂੰ ਜਿਹੜੇ ਕੀੜੇ ਇਹਦੇ ਦਿਮਾਗ ਦੇ ਵਿੱਚ ਛੱਡੀ ਜਾਂਦੀ ਹੈ, ਇਹ ਚੰਗੀ ਗੱਲ ਨਹੀਂ ਪੈਣਾ। ਮੈਂ ਤੇਰਾ ਘਰ ਉਜਾੜ ਨਹੀਂ ਰਹੀ, ਮੈਂ ਤੇਰੇ ਘਰ ਵਸਾ ਰਹੀ ਹਾਂ ਰਿਹਾ ਹਾਂ, ਘਰ ਦੇ ਵਿੱਚ ਮੈਂ ਸਾਰੇ ਤੇਰੀ ਸਪੋਰਟ ਕਰਦਾ, ਲੇਕਿਨ ਤੂੰ ਜਦੋਂ ਹੀ ਬੋਲਣੀ ਮੇਰੇ ਵਾਸਤੇ ਮੰਦਾ ਹੀ ਬੋਲਣੀ, ਤੂੰ ਕਦੀ ਤਾਂ ਮੇਰੇ ਵਾਸਤੇ ਸੋਚ ਲਿਆ ਕਰ, ਆਖਿਰ ਮੈਂ ਵੀ ਇਨਸਾਨ ਆ। ਦੇਖ ਮੌਲਾ ਬਖਸ਼, ਮੇਰੀ ਗੱਲ ਗੌਰ ਨਾਲ ਸੁਣ ਲੈ, ਜਾਂ ਆਪਣੇ ਭੈਣਾ ਰੰਗੇ ਭਰਾ ਨੂੰ ਇੱਥੇ ਰੱਖ ਲੈ, ਜਾਂ ਮੈਨੂੰ ਰੱਖ ਲੈ, ਤੇ ਮੈਂ ਜਾਂਦੀ ਤੇ। ਤੂੰ ਕਿਦਾ ਇਵੇਂ ਜਾ, ਤੂੰ ਇੱਥੇ ਬਾਏ ਗਰੂ, ਹੁਣ ਇਹ ਨਿਕਲ ਸੀ, ਇਹ ਅੱਗੇ ਹਰ ਪਾਸੋਂ ਮੇਰੇ ਉਲਾ ਮੈਂ ਦਵਾਈ ਖੜਾ ਹੈ, ਨਾਰਾ ਤੇ ਸਮਾਨ ਦੇ ਕੱਦ ਪਰੂ ਬਾਏ ਤੇ ਅਈਆ ਕਾਰ ਹੋਈ ਖੜੀ ਹੁੰਦੀ, ਚਵੀ ਘੰਟੇ ਨਿਤਰਾ ਨੇ ਹਰਾਮ ਕੀਤੀ ਖੜਾ, ਅਨੀ ਕਰ ਮੇਰੇ ਗੁਰੂ ਬਾ ਚੱਲ। ਮੈਂ ਕਦੋਂ ਇਹੋ ਕਾਰ ਕੀਤੀ ਜਾਣਾ, ਇਹੋ ਕਾਰ ਉੱਠ ਨੀਵਾ ਨੀਵਾ ਨਿਕਲ ਦੋ ਬਸ ਇੱਥੋਂ, ਬੇਗਾ ਮਜ਼ਦੂਰ ਤੂੰ ਇੱਥੇ ਬਾਏ, ਇੱਥੇ ਆ ਘਰ ਤੇਰਾ ਏ, ਉਹ ਨਿਕਲ ਤੂੰ ਮੇਰੇ ਘਰੋਂ। ਮੈਂ ਆਪੀ ਮੈਂ ਤੈਨੂੰ ਕਿਹੜੀ ਕੋਈ ਗੱਲ ਕੀਤੀ? ਚੱਲ ਨਹੀਂ ਗੱਲ ਕੀਤੀ ਹੈਗੀ, ਦਲੀਲ ਕੀਤੀ ਖਾਂ ਚੱਲ। ਜ਼ਮਾਨੇ ਦਾ ਅਸਾਂ ਕੀ ਵਿਗਾੜਿਆ, ਮੈਂ ਕੀ ਦੁੱਖ ਦਿੱਤਾ ਕਿਸੇ ਨੂੰ, ਸਾਨੂੰ ਤਾਂ ਜ਼ਮਾਨਾ ਜੀਣ ਹੀ ਨਹੀਂ ਦਿੰਦਾ। ਸਾਰਿਆਂ ਨੂੰ ਰੱਬ ਨੇ ਹੀ ਬਣਾਇਆ, ਫਿਰ ਤਕਲੀਫ ਕਿਉਂ ਹੈ? ਹਮੇਸ਼ਾ ਸਾਨੂੰ ਹੀ ਕਰੋ ਕਿਉਂ ਕੱਢਿਆ ਜਾਂਦਾ।